ਬਠਿੰਡਾ ਕੱਲ ਪੂਰੇ ਪੰਜਾਬ ਵਿੱਚੋਂ ਸਭ ਤੋਂ ਵੱਧ ਗਰਮ ਰਿਹਾ ਸੀ ਅਤੇ ਗਰਮੀ ਨਾਲ ਚਾਰ ਬੰਦਿਆਂ ਦੀਆਂ ਮੌਤਾਂ ਹੋ ਗਈਆਂ ਸਨ। ਅੱਜ ਰਾਤ ਹੁੰਦੇ ਹੀ ਬਠਿੰਡਾ ਵਿੱਚ ਬੱਦਲਬਾਈ ਹੋਈ ਅਤੇ ਮੀਂਹ ਆਉਣਾ ਸ਼ੁਰੂ ਹੋ ਗਿਆ। ਤੁਸੀਂ ਦੇਖ ਰਹੇ ਹੋ ਤਸਵੀਰਾਂ, ਬੱਦਲ ਲਸ਼ਕ ਰਿਹਾ ਅਤੇ ਮੀਂਹ ਵੀ ਆ ਰਿਹਾ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਬੱਦਲ ਲਸ਼ਕ ਰਹੇ ਨੇ ਅਤੇ ਬਰਸਾਤ ਵੀ ਹੋ ਰਹੀ ਹੈ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।